महानगर के एक होटल में जालंधर रेफ्रिजरेशन एंड इंजीनियर्स एसोसिएशन की वार्षिक मीट का आयोजन किया गया ये मीट एसोसिएशन के प्रेसिडेंट राजीव महेंद्रू और चीफ पेटलन ओम प्रकाश कपूर की अध्यक्षता में आयोजित हुई इसमें चेतन सेल्स के प्रमुख रंजीत सैनी बतौर मुख्य मेहमान के रूप में उपस्थित हुई जहां प्रेसिडेंट और चीफ पेटनर सहित अन्य पदाधिकारियों ने उनका गर्म जोशी से स्वागत किया इस दौरान संगठन के प्रधान राजीव महेंद्रू ने वर्ष भर में किए गए प्रोजेक्टों का ब्योरा और सारा लेखा जोखा पेश किया साथ ही साथ उन्होंने एसोसिएशन के आगामी प्रोजेक्ट्स के बारे में भी सभी को विस्तार से बताया इलेक्ट्रॉनिक प्रोडक्ट्स निर्माता कंपनियों के प्रोडक्ट्स और उनकी गजब की खूबियों से ज़्यादा से ज़्यादा संख्या में ग्राहक लाभान्वित हो इस बात को यकीनी बनाने के लिए कंपनी के इंजीनियर्स के लिए ट्रेनिंग वर्कशॉप्स करवाई जाएंगी ताकि इंजीनियर्स को कंपनी के नए अत्याधुनिक तकनीक वाले इलेक्ट्रॉनिक प्रोडक्ट्स के बारे में अधिक जानकारी मिल सके वे उन्होंने कहा कि इंजीनियर्स की स्किल डेवलप करने के लिए भी सेमिनारों का आयोजन किया जाएगा इस मौके पर एसोसिएशन के सेक्रेटरी गुरप्रताप सिंह वाइस प्रेसिडेंट अमित शर्मा वाइस प्रेसिडेंट विकास चंद कोषाध्यक्ष दीपक कुमार ज्वाइंट सेक्रेटरी अरुण अधल लखा और ज्वाइंट सेक्रेटरी कुलवंत राय भी विशिष्ट तौर पर उपस्थित गौर रहे। गौरतलब रहे कि एसोसिएशन की ये वार्षिक मीट कोऑर्डिनेटर दीपक कुमार और कुलवंत राय की देखरेख में आयोजित की गई थी जालंधर से हलचल के लिए कैमरामैन नवीन गिरी सर आज जैसी जालंधर रेफिडेशन एयर कंडीशन इंजीनियर एसोसिएशन वालों एक जनरल मीटिंग दा आ, ਉਪਤਾਲਾ ਕਰਦੇ ਆ ਜਿਹਦੇ ਵਿੱਚ ਅਸੀਂ ਸਾਡਾ ਚਾਲ ਦੇ ਜਿੰਨੇ ਪ੍ਰੋਗਰਾਮ ਕੀਤੇ ਆ ਜਿੰਨੀਆਂ ਟ੍ਰੇਨਿੰਗਸ ਦਿੱਤੀਆਂ ਜਿਨ੍ਹਾਂ ਨਾਲ ਸਾਡੇ ਇੰਜੀਨੀਅਰਾਂ ਦਾ ਦੀ ਸਕਿੱਲ ਡਵੈਲਪ ਹੋਈਆ ਤੇ ਜਿਹੜਾ ਸਾਡਾ વાਸ਼ਿਕ ਫਾਈਨੈਂਸ਼ ਦਾ ਲੇਖਾ ਜੋਖਾ ਉਹਦਾ ਸਾਡਾ ਵੀ ਉਹਦਾ ਦੇਦੇ ਆ ਤੇ ਸਾਡੀ ਐਸੋਸੀਏਸ਼ਨ ਨੂੰ ਜਿਹੜੇ ਸਪੈਸ਼ਲੀ ਅਸੀਂ ਚੀਫ ਗੈਸਟ ਆ ਸਾਡੇ ਉਹਨਾਂ ਲੋ ਹਮੇਸ਼ਾ ਸਜੋ ਮਿਲਦਾ ਤੇ ਪਿਛਲੇ ਸਾਲ ਵਿੱਚ ਜੋ ਮਿਲਿਆ ਤੇ ਅਸੀਂ ਉਹਨਾਂ ਨੂੰ ਐਜ਼ ਅਚੀਵਰ ਸੱਦਿਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਐਸੋਸੀਏਸ਼ਨ ਨਾਲ ਲੋਕ ਕਰਦੇ ਆ ਸਰ ਇਸ ਤਰ੍ਹਾਂ ਕਿ ਸਾਡੀ ਲਾਈਨ ਦੇ ਵਿੱਚ ਟੈਕਨੋਲੋਜੀ ਬੜੀ ਤੇਜ਼ੀ ਨਾਲ ਚੇਂਜ ਹੁੰਦੀ ਹੈ ਨਵੇਂ-ਨਵੇਂ ਸੌਫਟਵੇਅਰ ਜਾਂ ਟੈਕਨੋਲੋਜੀ ਜਿੰਦਾ ਅੱਜ ਦੀ ਡੇਟ 'ਚ ਤੁਸੀਂ ਦੇਖਿਆ ਵੀ ਇਨਵਰਟਰ ਏਸੀ ਦੀ ਮੈਕਸਿਮਮ ਸੇਲ ਹੈ ਤੇ ਉਹਦੇ ਰਿਪੇਅਰ ਦੇ ਲਈ ਸਕਿੱਲ ਡਵੈਲਪਮੈਂਟ ਦੇ ਅਸੀਂ ਕੋਰਸ ਕਰਦੇ ਆ ਕਿੰਦਾ ਡੈਕਨ ਕੰਪਨੀ ਨਾਲ ਲੋ ਸਾਡੇ ਚੇਤਨ ਸੇਲਜ਼ ਦੇ ਸਹਿਯੋਗ ਦੇ ਨਾਲ ਹਰ ਸਾਲ ਸਾਨੂੰ ਸਹਿਯੋਗ ਮਿਲਦਾ ਇਹ ਕਾਰਜਕ੍ਰਮ ਜਿਹੜਾ ਹੈਗਾ ਜਲੰਧਰ ਰੈਫਿਊਸ਼ਨ ਐਸੋਸੀਏਸ਼ਨ ਦਾ ਹੈਗਾ ਔਰ ਇਹ ਹੁਣ ਇੱਕ ਪਰਿਵਾਰ ਦੇ ਤੌਰ ਤੇ ਅਸੀਂ ਇੱਥੇ ਆਏ ਆ ਸਾਰੇ ਜਣੇ ਤੇ ਇਹਦੇ ਵਿੱਚ ਅਸੀਂ ਨਵੇਂ ਨਵੀਂ ਟੈਕਨੋਲੋਜੀ ਦੇ ਉੱਤੇ ਡਿਸਕਸ਼ਨਸ ਜਾਂ ਹੋਰ ਇਸ ਤਰ੍ਹਾਂ ਦਾ ਸਾਰੀ ਉੱਤੇ ਡਿਸਕਸ਼ਨ ਕਰ ਰਹੇ ਆ ਉਸ ਦੇ ਬਾਅਦ ਅੱਗੇ ਫਰਦਰ ਫਿਊਚਰ ਚ ਟ੍ਰੇਨਿੰਗ ਪ੍ਰੋਗਰਾਮ ਜਾਂ ਹੋਰ ਇਸ ਤਰ੍ਹਾਂ ਦੇ ਜੋ ਵੀ ਇਹਨਾਂ ਦੀ ਟੈਕਨੀਸ਼ੀਅਨਸ ਦੀ ਰਿਕੁਆਇਰਮੈਂਟ ਆ ਉਹਨੂੰ ਫੁੱਲਫਿਲ ਕਰਾਂਗੇ ਥੈਂਕਸ ਜਰੀਆ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਇੱਕ ਵਾਰੀ ਫੇਰ ਮਾਨ ਦਿੱਤਾ ਮੈਂ ਇਹਨਾਂ ਦਾ ਸਾਰੇ ਤੇ ਅਦਿਲ ਤੋਂ ਇਹਨਾਂ ਸਾਰੇ ਪਰਿਵਾਰ ਦਾ ਜਰੀਆ ਟੀਮ ਦਾ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਡੈਨਿਕਸ ਵੈਰਾ ਟੀਮ ਦਾ ਬਹੁਤ-ਬਹੁਤ ਧੰਨਵਾਦ। ਅੱਜ ਕੀਮਤੀ ਸਮੇਂ ਕੱਢ ਕੇ ਸਾਡੇ ਕੋਲ ਆਏ ਐ ਤੇ ਮੈਂ ਇਹਨਾਂ ਦੇ ਮਾਧਿਅਮ ਦੇ ਨਾਲ ਆਪਣੇ ਦੋਸਤਾਂ ਨੂੰ ਇਹ ਦੱਸਣਾ ਚਾਹਨਾ ਕਿ ਅਸੀਂ ਜਲੰਧਰ ਰੈਫ੍ਰਿਜਰੇਸ਼ਨ 에어 ਕੰਡੀਸ਼ਨਿੰਗ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਇੱਕ ਤਰੀਕ ਨੂੰ ਇੱਕ ਆਪਾਂ ਟ੍ਰੇਨਿੰਗ ਦਾ ਕੈਂਪ ਦਾ ਆਯੋਜਨ ਕੀਤਾ ਹੈ। ਤੇ ਜਿਹਦੇ ਵਿੱਚ ਅਸੀਂ ਆਪਣੇ ਟੈਕਨੀਸ਼ੀਅਨ ਭਰਾਵਾਂ ਨੂੰ ਫ੍ਰੀ ਆਫ ਕਾਸਟ ਇਹਦਾ ਕੋਈ ਚਾਰजेस ਨਹੀਂ ਹੈ ਜੀ ਤੇ ਸਾਰਾ ਜਿੰਨਾ ਵੀ ਇਹ ਕੰਮ ਹੈ ਇਹ ਸਾਡੇ ਡਾਈਕਨ ਟੀਮ ਨੇ ਰਣਜੀਤ ਸ਼ੈਣੀ ਜੀ ਨੇ ਆਪਣੇ ਆਪਣੇ ਆਪ ਮਤਲਬ ਕਿ ਇਹ ਸਾਰਾ ਅਰੇਂਜ ਕਰਕੇ ਸਾਨੂੰ ਦਿੱਤਾ ਹੈ ਜਿਹਦਾ ਲਾਭ ਸਾਡੇ ਟੈਕਨੀਸ਼ੀਅਨ ਭਰਾਵਾਂ ਨੂੰ ਹੋਏਗਾ ਇਸ ਟੈਕਨੀਕਲ ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਟੈਕਨੀਸ਼ੀਅਨ ਭਰਾਵਾਂ ਨੂੰ ਵੱਦ ਤੋਂ ਵੱਧ ਨਵੀਂ ਟੈਕਨੋਲੋਜੀਸ ਬਾਰੇ ਜਾਣੂ ਕਰਾਣਾ ਕਿਉਂਕਿ ਤੁਸੀਂ ਸਾਰੇ ਹੀ ਦੇਖ ਲਓ ਕਿ ਸੀਜ਼ਨ ਹੁਣ ਸਟਾਰਟ ਹੋਣ ਵਾਲਾ ਹੈ ਤੇ ਨਵੀਆਂ ਟੈਕਨੋਲੋਜੀਸ ਜਿਹੜੀਆਂ ਹੈਗੀਆਂ ਉਹ ਮਾਰਕੀਟ ਦੇ ਵਿੱਚ ਆ ਜਾਣੀ ਹੈ ਤੇ ਆਪਣੇ ਟੈਕਨੀਸ਼ੀਅਨਸ ਭਾਵੇਂ ਜਿੰਨੇ ਵੀ ਹੋਣਗੇ ਉਹਨਾਂ ਨੂੰ ਮਸ਼ੀਨਸ ਦੇ ਬਾਰੇ ਵੱਧ ਤੋਂ ਵੱਧ ਅਸੀਂ ਦੱਸਣਾ ਹੈ ਕੰਮ ਕਰਨ ਬਾਰੇ ਟ੍ਰੇਨ ਕਰਨਾ ਉਹਨਾਂ ਨੂੰ